ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਆਓ ਜਾਣਦੇ ਹਾਂ ਪਿੰਡ ਚੱਕ ਫਲੂ ਦਾ ਇਹ ਨਾਮ ਕਿਵੇਂ ਪਿਆ ਤਹਿਸੀਲ ਗੜਸ਼ੰਕਰ ਦਾ ਪਿੰਡ ਚੱਕ ਫਲੂ ਗੜਸ਼ੰਕਰ ਬਲਾਚੌਰ ਸੜਕ ਤੋਂ 1 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਗੜਸ਼ੰਕਰ ਤੋਂ 7 ਕਿਲੋਮੀਟਰ ਦੂਰ ਸਥਿਤ ਹੈ ਇਹ ਪਿੰਡ ਤਕਰੀਬਨ 300 ਸਾਲ ਪੁਰਾਣਾ ਹੈ ਇਸ ਪਿੰਡ ਦੇ ਹੀਰ ਅਤੇ ਮਡੇਰ ਗੋਤ ਦੇ ਬਜ਼ੁਰਗਾਂ ਦਾ ਜੱਦੀ ਪਿੰਡ ਜਰਗਪਾਲ ਜ਼ਿਲ੍ਹਾ ਲੁਧਿਆਣਾ ਸੀ ਮੁਸਲਮਾਨਾਂ ਦੇ ਕਹਿਰ ਦੇ ਘਟਕ ਉਹਨਾਂ ਦਿਨਾਂ ਵਿੱਚ ਜੋਰਾਂ ਤੇ ਸਨ ਪਿੰਡ ਦੀ ਇੱਕ ਧੀ ਦੇ ਮੁਸਲਮਾਨ ਹਾਕਮ ਮੋਹਿਤ ਹੋ ਗਿਆ ਮਡੇਰ ਗੋਤ ਦੇ ਬਜ਼ੁਰਗਾਂ ਨੇ ਆਪਸ ਵਿੱਚ ਸਲਾਹ ਕਰਕੇ ਡੋਲਾ ਦੇਣਾ ਪ੍ਰਵਾਨ ਕਰ ਲਿਆ ਅਤੇ ਬਰਾਤ ਸੱਦ ਲਈ ਚੋਹਾ ਪਾਸਿਆਂ ਤੋਂ ਕੜਿਆਲੀ ਵਾਰਡ ਦੇ ਅੰਦਰ ਉਤਾਰੀ ਇਸ ਜੰਝ ਨੂੰ ਬਜ਼ੁਰਗਾਂ ਨੇ ਅੱਗ ਲਾ ਦਿੱਤੀ ਅਣਖੀ ਹਿੰਦੂ ਅਤੇ ਸਿੱਖ ਪਰਿਵਾਰਾਂ ਨੇ ਰਾਤੋਂ ਰਾਤ ਪਿੰਡ ਜਰਗਪਾਲ ਛੱਡ ਦਿੱਤਾ ਪਹਿਲਾ ਪੜਾ ਬਹਿਰਾਮ ਕੋਲ ਚੱਕਮਾਈ ਦਾਸ ਕੀਤਾ ਪਰਿਵਾਰ ਉੱਥੇ ਰੁਕ ਗਿਆ ਬਾਕੀ ਪਰਿਵਾਰ ਅੱਗੇ ਵਧੇ ਅਤੇ ਕੁਲਾਮ ਤੋਂ ਬਾਗਪੁਰ ਆ ਟਿਕੇ ਉੱਥੋਂ ਬਾਬਾ ਫਲੂ ਦੀ ਅਗਵਾਈ ਹੇਠ ਹੀਰ ਤੇ ਮੁਡੇਰ ਗੋਤ ਦੇ ਪਰਿਵਾਰ ਇਸ ਪਿੰਡ ਵਾਲੀ ਥਾਂ ਤੇ ਪਹੁੰਚੇ ਅਤੇ ਏਸੇ ਬਜ਼ੁਰਗ ਦੇ ਨਾਂ ਤੇ ਪਿੰਡ ਦਾ ਨਾਂ ਚੱਕ ਫਲੂ ਰੱਖ ਦਿੱਤਾ ਪਿੰਡ ਵਿੱਚ ਪਛੜੀਆਂ ਜਾਤਾਂ ਦੇ ਲੋਕ ਹਨ ਉਹ ਵੀ ਜਰਗਪਾਲ ਤੋਂ ਨਾਲ ਹੀ ਆਏ ਪਿੰਡ ਵਿੱਚ ਬਾਜੀਗਰਾਂ ਦੇ ਕਾਫੀ ਘਰ ਹਨ ਪਿੰਡ ਵਿੱਚ ਪ੍ਰਸਿੱਧ ਧਾਰਮਿਕ ਸਥਾਨ ਬੜੀ ਵਾਲਾ ਹੈ ਹੀਰ ਗੋਤ ਦੇ ਲੋਕ ਜੋੜਜੀਵ ਵਾਲਿਆਂ ਦੇ ਸਿੱਖ ਹਨ ਮਢੇਰ ਗੋਤ ਦੇ ਲੋਕ ਜਵਾਲਜੀ ਅਤੇ ਮਹੇਸ਼ ਆਣੇ ਦੇ ਮੰਨਣ ਵਾਲੇ ਹਨ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਧੰਨਵਾਦ